ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ Exam Study With Job Alert ਤੇ ਸੋ ਅੱਜ ਦੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਪੰਜਾਬ ਸਰਕਾਰ ਦੇ ਵੱਲੋਂ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਲਈ ਨਵੇਂ ਨਿਯਮ ਜਿਹੜੇ ਜਾਰੀ ਕੀਤੇ ਗਏ ਨੇ ਸੋ ਇਹ ਨਿਯਮ ਜਾਣਨੇ ਜ਼ਰੂਰੀ ਹੈ ਕਿਉਂਕਿ ਨਿਯਮਾਂ ਦੀ ਪਾਲਣਾ ਨਹੀਂ ਹੋਈ ਤਾਂ ਮਾਨਤਾ ਜਿਹੜੀ ਸਕੂਲਾਂ ਦੀ ਰੱਦ ਕੀਤੀ ਜਾਵੇਗੀ ਸੋ ਪੂਰੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਾਂਗੇ ਤਾਂ ਪੰਜਾਬ ਦੇ ਸਾਰੇ ਪ੍ਰਾਈਵੇਟ CBSE ICSE ਬੋਰਡ ਅਧੀਨ ਐਫੀਲੀਏਸ਼ਨ ਲੈਣ ਵਾਲਿਆਂ ਨੂੰ ਰਾਈਟ ਟੂ ਐਜੂਕੇਸ਼ਨ ਐਕਟ ਤਹਿਤ ਮਾਨਤਾ ਲੈਣੀ ਹੈ ਜਿਹੜੀ ਉਹ ਲਾਜ਼ਮੀ ਹੁੰਦੀ ਹੈ ਮਾਨਤਾ ਰੱਦ ਨਾ ਹੋਵੇ ਇਸ ਲਈ ਨੂੰ ਵਿਸ਼ੇਸ਼ ਤੌਰ ਤੇ ਧਿਆਨ ਰੱਖਣਾ ਪਵੇਗਾ ਇਸ ਨੂੰ ਲੈ ਕੇ ਸਿੱਖਿਆ ਭਾਗ ਦੇ ਬੋਰਡ ਵੱਲੋਂ ਸਾਰੇ ਸਕੂਲਾਂ ਨੂੰ ਵਿਦਿਆਰਥੀ ਨੇ ਸਹੂਲਤ ਨੂੰ ਮੁੱਖ ਰੱਖਦੇ ਹੋਏ ਤੇ ਮਾਨਤਾ ਦੇਣ ਤੋਂ ਪਹਿਲਾਂ ਜਾਂਚ ਅਧਿਕਾਰੀਆਂ ਨੂੰ ਸਕੂਲਾਂ ਦੇ ਵਿੱਚ ਨਿਰੀਖਣ ਕਰਦੇ ਸਮੇਂ ਧਿਆਨ ਦੇਣ ਨੂੰ ਲੈ ਕੇ ਨਿਯਮ ਤੇ ਸ਼ਰਤਾਂ ਨੂੰ ਜਿਹੜਾ ਸਾਜਾ ਕੀਤਾ ਗਿਆ ਤਾਂ ਇਸ ਦੇ ਵਿੱਚ ਸਾਫ਼ ਤੌਰ ਤੇ ਕਿਹਾ ਗਿਆ ਕਿ ਨਿਯਮ ਤੇ ਸ਼ਰਤਾਂ ਪੂਰੀਆਂ ਨਾ ਹੋਣ ਤੇ ਕਿਸੇ ਵੀ ਸਕੂਲ ਨੂੰ ਮਾਨਤਾ ਜੜੀ ਨਹੀਂ ਮਿਲੇਗੀ ਵਿਭਾਗ ਦੇ ਵੱਲੋਂ ਸਪਸ਼ਟੇ ਕਿਹਾ ਗਿਆ ਹੈ ਫੀਸ 'ਚ ਵਾਧਾ ਨਿਯਮ ਅਨੁਸਾਰ ਜ਼ਿਆਦਾ ਹੋਇਆ ਤਾਂ ਕਾਰਵਾਈ ਹੋਏਗੀ ਅਤੇ ਕਿਤਾਬਾਂ ਵਰਦੀਆਂ ਆਦਿ ਵਿਕਰੀ ਜਿਹੜੀ ਉਹ ਨਹੀਂ ਹੋ ਸਕਦੀ ਇਸ ਤੋਂ ਇਲਾਵਾ ਸਾਰੀਆਂ ਕੋਲ ਨਿਯਮ ਅਨੁਸਾਰ ਯੋਗਤਾ ਪੂਰਨ ਕਰਦੇ ਅਧਿਆਪਕਾ ਜਿਹੜੇ ਹੋਣੇ ਜ਼ਰੂਰੀ ਨੇ ਤਾਂ ਇਸ ਦੌਰਾਨ ਵਿਭਾਗ ਨੇ ਜਾਂਚ ਅਧਿਕਾਰੀ ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਲਈ 29 ਸ਼ਰਤਾਂ ਪੂਰੀਆਂ ਕਰਨ ਦੀ ਜਾਂਚ ਰਿਪੋਰਟ ਫਾਰਮੈਟ ਤਿਆਰ ਕੀਤਾ ਇੱਕ ਵੀ ਸ਼ਰਤ ਪੂਰੀ ਨਾ ਹੋਣ ਤੇ ਫਾਈਲ ਮੰਤਾਲੇ ਹੁਣ ਜਿਹੜੀ ਉਹ ਨਹੀਂ ਭੇਜੀ ਸਕੇਗੀ ਸਾਰੀਆਂ ਸ਼ਰਤਾਂ ਪੂਰੀਆਂ ਕਰਨ ਦੀ ਰਿਪੋਰਟ ਤਿਆਰ ਹੋਣ ਤੋਂ ਬਾਅਦ ਹੀ ਜ਼ਿਲ੍ਹਾ ਸਿੱਖਿਆ ਅਧਿਕਾਰੀ ਹਸਤਾਕਰ ਕਰਕੇ ਫਾਈਲ ਜਿਹੜੀ ਭੇਜਣਗੇ ਇਸ ਦੌਰਾਨ ਜੇਕਰ ਕਿਸੇ ਤਰ੍ਹਾਂ ਦੀ ਕੋਈ ਲਾਪਰਵਾਹੀ ਵਰਤੀ ਗਈ ਉਸ ਨੂੰ ਲੈ ਕੇ ਸਕੂਲ ਦੇ ਨਾਲ ਨਾਲ ਸਬੰਧਤ ਅਧਿਕਾਰੀ ਤੇ ਵੀ ਕਾਰਵਾਈ ਜਿਹੜੀ ਕੀਤੀ ਜਾਵੇਗੀ ਸੋ ਫਾਈਲ ਭੇਜਣ ਵਾਲੇ ਜਾਂਚ ਅਧਿਕਾਰੀਆਂ ਨੂੰ ਇਹਨਾਂ ਗੱਲਾਂ ਦਾ ਜਿਹੜਾ ਧਿਆਨ ਹੁਣ ਰੱਖਣਾ ਪਵੇਗਾ ਸਕੂਲ ਪ੍ਰਾਇਮਰੀ ਮਿਡਲ ਹਾਈ ਸੀਨੀਅਰ ਸਕੈਂਡਰੀ ਹੈ ਤਾਂ ਉਸੇ ਹਿਸਾਬ ਨਾਲ ਪ੍ਰੋਸੈਸਿੰਗ ਫੀਸ ਅਧਿਆਪਕਾਂ ਤੇ ਦਫ਼ਤਰੀ ਮੁਲਾਜ਼ਮਾਂ ਦੇ 6 ਮਹੀਨੇ ਤਨਖਾਹ ਦੀ ਜਾਣਕਾਰੀ ਸਕੂਲ ਦੀ ਸਥਾਪਨਾ ਮਿਤੀ ਨਾਲ ਸਬੰਧਤ ਦਸਤਾਵੇਜ਼ ਸਕੂਲ ਕਿਹੜੇ ادارے ਅਧੀਨ ਹੈ ਉਸ ਦੇ ਮੈਂਬਰਾਂ ਦੀ ਜਾਣਕਾਰੀ ਅਤੇ ਸਬੰਧਾਨ ਦੀ ਕਾਪੀ ਸਕੂਲ ਚ ਦਾਖਲ ਵਿਦਿਆਰਥੀਆਂ ਦਾ ਸਾਰਾ ਵੇਰਵਾ ਈ ਪੰਜਾਬ ਚ ਦਰਜ ਰਕਾਰ ਨਾਲ ਮੇਲ ਖਾਂਦਾ ਹੈ ਜਾਂ ਨਹੀਂ ਸਕੂਲ ਦੀ ਜ਼ਮੀਨ ਆਪਣੀ ਹੈ ਜਾਂ ਨਹੀਂ ਜੇਕਰ ਲੀਜ਼ ਤੇ ਹੈ ਤਾਂ ਘੱਟੋ ਘੱਟ 30 ਸਾਲ ਹੋਵੇ ਸਕੂਲ ਨਿਰਮਾਣ ਨਾਲ ਸੰਬੰਧਤ ਨਕਸ਼ੇ ਦੀ ਕਾਪੀ ਅੱਗੇ ਸਕੂਲਾਂ ਲਈ ਕਿਹੜੇ ਨਿਯਮ ਨੇ ਕਿਹੜੀ ਕਿਹੜੀ ਗੱਲਾਂ ਸਕੂਲਾਂ ਨੂੰ ਤਿਆਰ ਰੱਖਣਾ ਪਵੇਗਾ ਸ਼ਰਤਾ ਪੂਰੀ ਕਰਨੀ ਹੋਣਗੀਆਂ ਸੋ ਪਹਿਲਾ ਆਰਟੀਈ ਦੇ ਨਿਯਮ ਅਨੁਸਾਰ ਪੜਾਉਣ ਵਾਲੇ ਅਧਿਆਪਕਾਂ ਦੀ ਯੋਗਤਾ ਜਿਹੜੀ ਹੋਣੀ ਚਾਹੀਦੀ ਹੈ ਦੂਸਰਾ PWD UDD ਵਿਭਾਗ ਵੱਲੋਂ ਬਿਲਡਿੰਗ ਸੇਫਟੀ ਸਰਟੀਫਿਕੇਟ ਤੇ ਫਾਟਰ ਸੇਫਟੀ ਸਰਟੀਫਿਕੇਟ ਜ਼ਰੂਰੀ ਹੈ। ਤੀਸਰਾ ਹੈ ਸਵੱਛ ਪਾਣੀ ਦੇ ਪ੍ਰਬੰਧ ਤੇ ਲੈਬ ਰਿਪੋਰਟ। ਚੌਥਾ ਲੜਕੀਆਂ ਤੇ ਲੜਕੀਆਂ ਲਈ ਅਲੱਗ-ਅਲੱਗ ਪਖਾਨਾ ਸਕੂਲ ਕੋਲ ਖੇਡ ਮੈਦਾਨ ਤੇ ਸਮਗਰੀ ਦੀ ਜਾਣਕਾਰੀ। ਸਕੂਲ ਚ ਲੋੜੀਂਦੀਆਂ ਜਮਾਤਾਂ, ਫਰਨੀਚਰ, ਵਿਦਿਆਰਥੀਆਂ ਨੂੰ ਸੈਕਸ਼ਨਾਂ ਦੀ ਜਾਣਕਾਰੀ। ਸਾਇੰਸ ਲੈਬ, ਕੰਪਿਊਟਰ ਲੈਬ, ਫਿਜ਼ਿਕਸ, ਕੈਮਿਸਟਰੀ ਵਿਸ਼ੇ ਦੀ ਵਰਕਸ਼ਾਪ। ਲਾਈਬ੍ਰੇਰੀ ਹੋਵੇ 320 ਵਿਦਿਆਰਥੀਆਂ ਲਈ ਇੱਕ ਕੰਪਿਊਟਰ ਲੈਬ 640 ਲਈ ਦੋ ਅਤੇ 960 ਲਈ ਤਿੰਨ ਲੈਬਾਂ ਜਿਹੜੀਆਂ ਹੋਣੀਆਂ ਚਾਹੀਦੀਆਂ ਨੇ ਸਕੂਲ ਦੀ ਆਮਦਨ ਤੇ ਖਰਚੇ ਸਬੰਧੀ ਸੀਏ ਦੀ ਰਿਪੋਰਟ ਸਕੂਲ ਦੇ ਵਿੱਚ ਪੰਜਾਬ ਭਾਸ਼ਾ ਨੂੰ ਲਾਜ਼ਮੀ ਕਰਨਾ ਤਾਂ ਇਹ ਸਾਰੀਆਂ ਹਦਾਇਤਾਂ ਦੀ ਜਿਹੜੀ ਸਕੂਲਾਂ ਨੂੰ ਪਾਲਣਾ ਕਰਨੀ ਹੋਏਗੀ ਇਹ ਨਿਯਮ ਸਕੂਲ ਦੇ ਵਿੱਚ ਲਾਗੂ ਹੋਣੇ ਚਾਹੀਦੇ ਨੇ ਕੋਈ ਵੀ ਸਕੂਲ ਹੈ ਸਰਕਾਰੀ ਹੈ ਪ੍ਰਾਈਵੇਟ ਹੈ ਮਾਨਤਾ ਪ੍ਰਾਪਤ ਹੈ ਐਡਿਡ ਹੈ ਤਾਂ ਸਾਰੇ ਸਕੂਲਾਂ ਲਈ ਨਿਯਮਾਂ ਤੇ ਸ਼ਰਤਾਂ ਜਿਆਦਾ ਦਿਖਾਰੀਆਂ ਲਈ ਅਤੇ ਸਕੂਲਾਂ ਲਈ ਜਿਹੜੀਆਂ ਜਾਰੀ ਪੰਜਾਬ ਸਰਕਾਰ ਦੇ ਵੱਲੋਂ ਕੀਤੀਆਂ ਗਈਆਂ ਨੇ ਸੋ ਬਾਕੀ ਦੇ ਰਿਗਾਰਡਿੰਗ ਅੱਗੇ ਜੋ ਅਪਡੇਟਸ ਹੋਣਗੇ ਹਰ ਇੱਕ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਜਰੂਰ ਕਰਦਿਆ ਕਰੋ ਧੰਨਵਾਦ